ਬਹੁਤ ਸੇ ਜਾਲ ਵਿੱਚ ਫਸ ਗਏ ਜੇ ਕੋਈ ਗਲਤ ਫੈਸਲਾ ਕਰੂਗੀ ਪਾਰਟੀ ਦਾ ਨੁਕਸਾਨ ਹੋਏਗਾ ਜੇ ਚੰਗਾ ਫੈਸਲਾ ਕਰੇਗੀ ਉਹਦਾ ਫਾਇਦਾ ਹੋਏਗਾ ਇਹ ਤਾਂ ਪਾਰਟੀ ਨੇ ਸੋਚਣਾ ਹੁੰਦਾ ਗਲਤ ਚੰਗਾ ਸਰਵੇ ਦੇ ਵਿੱਚ ਤਾਂ ਮੇਰਾ ਹੀ ਨਾਮ ਆਊਗਾ ਜਿੱਥੋਂ ਮਰਜ਼ੀ ਕਰਾ ਲੈਣ ਜਿੱਥੋਂ ਮਰਜ਼ੀ ਕਰਾ ਲੈ ਸਰਵੇ ਦੇ ਤਾਂ ਅੱਜ ਵੀ ਮੇਰਾ ਹੀ ਨਾਮ ਆਊਗਾ ਜਿਨਾਂ ਨੂੰ ਪਾਰਟੀ ਪ੍ਰਧਾਨ ਨੇ ਡਿਊਟੀ ਲਾਈ ਸੀ ਉਹ ਤੁਸੀਂ ਕੰਮ ਕਰੋ ਇਲੈਕਸ਼ਨ ਦੇ ਵਿੱਚ ਉੱਥੇ ਪਾਰਟੀ ਦੀਆਂ ਮਜਬੂਰੀਆਂ ਹੁੰਦੀਆਂ ਪਾਰਟੀ ਨੂੰ ਕਈ ਫੈਸਲੇ ਲੈਣੇ ਪੈਂਦੇ ਆ ਕਈ ਵਾਰੀ ਕੋੜੇ-ਕੁੱਟ ਵੀ ਭਰਨੇ ਪੈਂਦੇ ਆ ਪਹਿਲਾਂ ਬੁੜਾ ਹੋ ਚੱਲਿਆ ਹੁਣ ਸਟਰੋਂਗ ਤਾਂ ਹੋਆ ਨੌਜਵਾਨ ਹੈ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਵੱਲੋਂ 9 ਸੀਟਾਂ ਦਾ ਐਲਾਨ ਕੀਤਾ ਦੋ ਸੀਟਾਂ ਸਭ ਤੋਂ ਜ਼ਿਆਦਾ ਚਰਚਿਤ ਰਹੀਆਂ ਇੱਕ ਮੋੜ ਮੰਡੀ ਹਲਕਾ ਤੇ ਦੂਸਰਾ ਰਾਮਪੁਰਾ ਫੂਲ ਇਹਨਾਂ ਕੈਂਡੀਡੇਟਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋਈਆਂ ਕਿਉਂਕਿ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਨੂੰ ਰਾਮਪੁਰਾ ਫੂਲ ਤੋਂ ਉਮੀਦਵਾਰ ਐਲਾਨਿਆ ਗਿਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਮੈਂ ਮੋੜ ਮੰਡੀ ਤੋਂ ਲੜਨਾ ਚਾਹਣਾ ਰਾਮਪੂਰਾ ਹਲਕੇ ਤੋਂ ਮੇਰਾ ਬੇਟਾ ਗੁਰਪ੍ਰੀਤ ਮਲੂਕਾ ਲੜੇਗਾ ਲੇਕਿਨ ਅੱਜ ਫਾਈਨਲੀ ਮੋੜ ਮੰਡੀ ਤੋਂ ਜਗਮੀਤ ਸਿੰਘ ਬਰਾੜ ਦਾ ਨਾਮ ਅਨਾਉਂਸ ਹੋ ਜਾਂਦਾ ਸਾਡੇ ਨਾਲ ਇੱਥੇ ਸਿਕੰਦਰ ਸਿੰਘ ਮਲੂਕਾ ਜੀ ਨੇ ਇਸੇ ਬਾਰੇ ਗੱਲਬਾਤ ਕਰਦੇ ਮਲੂਕਾ ਸਾਹਿਬ ਅੰਗਰੇਜ਼ੀ ਦੀਆਂ ਇੱਕ ਲਾਈਨਾਂ ਹੈਗੀਆਂ ਬੌਸ ਇਜ਼ ਆਲਵੇਜ਼ ਰਾਈਟ ਇੱਥੇ ਵੀ ਬੌਸ ਇਜ਼ ਆਲਵੇਜ਼ ਰਾਈਟ ਵਾਲੀ ਹੈ ਨਾ ਠੀਕ ਹੈ ਬੌਸ ਇਜ਼ ਆਲਵੇਜ਼ ਰਾਈਟ ਜੀ ਲੱਗਦਾ ਕਿ ਜਿਹੜੀ ਇਹ ਅਨਾਉਂਸਮੈਂਟ ਅੱਜ ਹੋਈ ਹੈ ਸਹੀ ਅਨਾਉਂਸਮੈਂਟ ਹੋਈ ਆ ਜਾਂ ਤੁਸੀਂ ਕੈਂਡੀਡੇਟ ਸਟਰੋਂਗ ਸੀ ਜਾਂ ਜਗਮੀਤ ਬਰਾੜ ਦੇ ਕੋਈ ਜਿਹੜਾ ਸਹੀ ਗਲਤ ਦਾ ਤਾਂ ਫੈਸਲਾ ਪਾਰਟੀ ਨੂੰ ਪਤਾ ਹੈ ਅੱਪ ਤਾਂ ਕਹਿੰਦੇ ਜਿਹੜਾ ਪਾਰਟੀ ਕਰਦੀ ਹੈ ਉਹ ਸੋਚ ਵਿਚਾਰ ਕਰਕੇ ਸਹੀ ਵੀ ਕਰਦੀ ਹੈ ਪਾਰਟੀ ਕਦੇ ਗਲਤ ਫੈਸਲਾ ਤਾਂ ਕਰਦੀ ਨਹੀਂ ਜੇ ਗਲਤ ਕਰਦੀ ਹੈ ਤਾਂ ਫਿਰ ਪਾਰਟੀ ਉਹਦੇ ਲਈ ਜ਼ਿੰਮੇਵਾਰ ਹੋਏਗੀ ਉਹ ਤਾਂ ਜਿਹੜੀ ਚੀਜ਼ ਪਾਰਟੀ ਕਰਦੀ ਹੈ ਵਰਕਰਾਂ ਨੇ ਤਾਂ ਮੰਨ ਹੀ ਲੈਣੀ ਹੁੰਦੀ ਹੈ ਤੇ ਜੇ ਕੋਈ ਗਲਤ ਫੈਸਲਾ ਕਰੋਗੇ ਪਾਰਟੀ ਦਾ ਨੁਕਸਾਨ ਹੋਏਗਾ ਜੇ ਚੰਗਾ ਫੈਸਲਾ ਕਰੋਗੇ ਉਹਦਾ ਫਾਇਦਾ ਹੋਏਗਾ ਇਹ ਤਾਂ ਪਾਰਟੀ ਨੇ ਸੋਚਣਾ ਹੁੰਦਾ ਗਲਤ ਚੰਗੇ ਵਾਲਾ ਤਾਂ ਜਦੋਂ ਤੁਹਾਡਾ ਨਾਮ ਅਨਾਉਂਸ ਕੀਤਾ ਗਿਆ ਸੀ ਤਾਂ ਤੁਸੀਂ ਕਿਹਾ ਸੀਗਾ ਕਿ ਪਾਰਟੀ ਸਰਵੇ ਕਰਾ ਲੇ ਅਗਰ ਮੋੜ ਮੰਡੀ ਤੋਂ ਜਿਹੜਾ ਕੈਂਡੀਡੇਟ ਜਿੱਦਾ ਮੈਂ ਆਪਣੀ ਗੱਲ ਨਹੀਂ ਕਰਦਾ ਜਿਹੜਾ ਕੈਂਡੀਡੇਟ ਜਿੱਦਾ ਉਸ ਕੈਂਡੀਡੇਟ ਦੀ ਅਨਾਉਂਸਮੈਂਟ ਕਰਦੇ ਯਾਨੀ ਕਿ ਪਾਰਟੀ ਨੇ ਸਰਵੇ ਕਰਾ ਲਿਆ ਕਿ ਜਗਮੀਤਪੁਰਾੜ ਉੱਥੇ ਜਿੱਦਦਾ ਨਹੀਂ ਇਹ ਤਾਂ ਪਾਰਟੀ ਨੂੰ ਪਤਾ ਹੋਏਗਾ ਪਾਰਟੀ ਨੇ ਸਰਵੇ ਕਰਾਇਆ ਨਹੀਂ ਕਰਾਇਆ ਪਰ ਜੇ ਸਰਵੇ ਕਰਾ ਲੈਣ ਤੇ ਸਰਵੇ ਦੇ ਵਿੱਚ ਤਾਂ ਫਿਰ ਸਰਵੇ ਤਾਂ ਜਿੰਨੇ ਮਰਜੀ ਕਰਾ ਲੈਣ ਜਿੱਥੋਂ ਮਰਜੀ ਕਰਾ ਲੈਣ ਸਰਵੇਜ ਤਾਂ ਮੇਰਾ ਹੀ ਨਾਮ ਆਏਗਾ ਉੱਥੇ ਹੋਰ ਕਿਸੇ ਦਾ ਵੀ ਨਹੀਂ ਆਏਗਾ ਜੇ ਤੁਸੀਂ ਮੰਨਦੇ ਹੋ ਕਿ ਉਹ ਉੱਥੇ ਹਾਂ ਹਾਂ ਸਰਵੇ ਦੇ ਵਿੱਚ ਤਾਂ ਮੇਰਾ ਹੀ ਨਾਮ ਆਊਗਾ ਜਿੱਥੋਂ ਮਰਜੀ ਕਰਾ ਲੈਣ ਜਿੱਥੋਂ ਮਰਜੀ ਕਰਾ ਲੈਣ ਸਰਵੇਜ ਤਾਂ ਅੱਜ ਵੀ ਮੇਰਾ ਹੀ ਨਾਮ ਆਊਗਾ ਪਰ ਪਾਰਟੀ ਦੇ ਕਈ ਵਾਰੀ ਹੋਰ 20 ਗੱਲਾਂ ਸੋਚਣੀਆਂ ਹੁੰਦੀਆਂ ਹਨ ਪਾਰਟੀ ਨੂੰ 20 ਪ੍ਰੋਬਲਮਾਂ ਹੁੰਦੀਆਂ ਨੇ ਪਾਰਟੀ ਉਹਨਾਂ ਗੱਲਾਂ ਵਿੱਚ ਆ ਕੇ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਕੋਈ ਕਈ ਕੰਮ ਪਾਰਟੀ ਨੂੰ ਕਰਨੇ ਪੈਂਦੇ ਆ ਜਮੀਤ ਪ੍ਰਾਰਧ ਨੂੰ ਸਟਰੋਂਗ ਕੈਂਡੀਡੇਟ ਮੰਨਦੇ ਹੋ ਤੁਸੀਂ ਨੇ ਮੈਂ ਤਾਂ ਸਾਰਿਆਂ ਨੂੰ ਸਟਰੋਂਗ ਮੰਗਦਾ ਜਿੰਨੇ ਕਾਲੀ ਦਲ ਦੇ ਹੋਣਗੇ ਬੰਦੇ ਸਮਝ ਲਓ ਵੀ 20 ਸੀਟਾਂ ਉਹਨਾਂ ਨੇ ਲੜਨ ਦੀਆਂ 97 ਅਸੀਂ ਲੜਦੀਆਂ 97 ਦੇ 97 ਸਾਡੇ ਤਾਂ ਸਟਰੋਂਗ ਨੇ ਬਿਨਾ ਸਟਰੋਂਗ ਤੋਂ ਤਾਂ ਪਾਰਟੀ ਪ੍ਰਧਾਨ ਕਿਸੇ ਨੂੰ ਟਿਕਟ ਦਿੰਦੇ ਹੀ ਨਹੀਂ ਜੇ ਸਪੱਸ਼ਟ ਨਹੀਂ ਪਤਾ ਹੋਵੇ ਵੀ ਇਹ ਸਟਰੋਂਗ ਨਹੀਂ ਹੈਗਾ ਫਿਰ ਕੌਣ ਟਿਕਟ ਦਿੰਦਾ ਉਹਨੂੰ ਸੋ ਜਿਹੜੇ ਟਿਕਟਾਂ ਦਿੱਤੀਆਂ ਇਹ ਤਾਂ ਸਟਰੋਂਗ ਸਮਝ ਕੇ ਦਿੱਤੀਆਂ ਪਾਰਟੀ ਨੇ ਲੋਕਾ ਸਾ ਪਾਰਟੀ ਦਾ ਬੜਾ ਵੱਡਾ ਡਿਸੀਜਨ ਹੈ ਇਸ ਨੂੰ ਮੰਨਿਆ ਜਾ ਰਿਹਾ ਤੁਹਾਡੇ ਨਾਲ ਕੋਈ ਚਰਚਾ ਹੋਈ ਸੀ ਅਗਰ ਮੌੜ ਮੰਡੀ ਦੀ ਗੱਲ ਹੋਈ ਤਾਂ ਤੁਸੀਂ ਮੌੜ ਮੰਡੀ ਪਹਿਲਾਂ ਕੰਮ ਕਿਉਂ ਕਰਦੇ ਸੀ ਤੁਸੀਂ ਆਪਣੇ ਤਰੀਕੇ ਨਾਲ ਹੀ ਕਰਦੇ ਸੀ ਜਾਂ ਫਿਰ ਹਾਈ ਕਮਾਂਡ ਤੋਂ ਤੁਹਾਨੂੰ ਕੋਈ ਇਸ਼ਾਰਾ ਆਇਆ ਸੀ ਵੀ ਜਾ ਕੇ ਉੱਥੇ ਕੰਮ ਕਰੋ ਉੱਥੇ ਇਲੈਕਸ਼ਨ ਲੜਨੀ ਹੈ ਨਹੀਂ ਮੈਨੂੰ ਪਾਰਟੀ ਪ੍ਰਧਾਨ ਨੇ ਡਿਊਟੀ ਲਾਈ ਸੀ ਵੀ ਉੱਥੇ ਤੁਸੀਂ ਕੰਮ ਕਰੋ ਇਲੈਕਸ਼ਨ ਦੇ ਵਿੱਚ ਉੱਥੇ ਉੱਥੇ ਜਿਹੜਾ ਪਹਿਲਾ ਸਾਡਾ ਬੰਦਾ ਚੋਣ ਲੜਦਾ ਸੀ ਉਹ ਫਰੋਜਪੁਰ ਚ ਲਿਆ ਗਿਆ ਸੀ ਉਹ ਵੀ ਮੇਰੀ ਡਿਊਟੀ ਲਾ ਕੇ ਗਿਆ ਸੀ ਉੱਥੇ ਵੀ ਤੁਸੀਂ ਇੱਥੇ ਕੰਮ ਕਰੋ ਵਰਕਰਾਂ ਨੂੰ ਮੀਟਿੰਗਾਂ ਕਰਾ ਕੇ ਬਕਾਇਦਾ ਡਿਊਟੀ ਲਾ ਕੇ ਗਿਆ ਸੀ ਐਵੇਂ ਤਾਂ ਆਪਾਂ ਦੂਜੇ ਹਲਕੇ ਚ ਪਾਰਟੀ ਦੇ ਹੁਕਮ ਤੋਂ ਬਿਨਾਂ ਤਾਂ ਜਾਣਾ ਹੀ ਨਹੀਂ ਹੁੰਦਾ ਨਾ ਜਾਣ ਚ ਕੋਈ ਫਾਇਦਾ ਹੁੰਦਾ ਉੱਥੇ ਕਹਿੰਦੇ ਨੇ ਕਿ ਚਰਚਾ ਇਹ ਹੋ ਰਹੀ ਹੈ ਕਿ ਜਦੋਂ ਉਹ ਗਏ ਸੀ ਸੀਜਨ ਵਿੱਚ ਦਾ ਸਿੰਘ ਸੇਖੋਂ ਦੀ ਗੱਲ ਤੁਸੀਂ ਕਰਦੇ ਹੋ ਜਦੋਂ ਉਹ ਗਏ ਸੀ ਤਾਂ ਕਹਿ ਕੇ ਗਏ ਸੀ ਕਿ ਮੈਂ ਆਪਣੇ ਤੋਂ ਜ਼ਿਆਦਾ ਸਟਰੋਂਗ ਬੰਦਾ ਤੁਹਾਨੂੰ ਦੇ ਕੇ ਜਾ ਰਿਹਾ ਹਾਂ ਫਿਰ ਅਚਾਨਕ ਚੱਕੀ ਹੋ ਗਿਆ ਸਟਰੋਂਗ ਬੰਦਾ ਸਟਰੋਂਗ ਨਹੀਂ ਉਹ ਤਾਂ ਦੋ ਮੀਟਿੰਗਾਂ ਦੇ ਵਿੱਚ ਕਹਿ ਕੇ ਗਏ ਸੀਗੇ ਉੱਥੇ ਇੱਕ ਸਾਰੇ ਵਰਕਰਾਂ ਨੂੰ ਆਪ ਤੋਂ ਵੀ ਤਕੜਾ ਬੰਦਾ ਦੇ ਕੇ ਚਲੇ ਨਹੀਂ ਮੈਂ ਤਾਂ ਹੁਣ ਵੀ ਕਹਿੰਦਾ ਕਿ ਕੋਈ ਵੀ ਸਰਵੇ ਕਰਾ ਲਓ ਕੁਝ ਵੀ ਕਰਾ ਲਓ ਲੋਕਾਂ ਦੀ رائے ਲਓ ਤਾਂ ਮੈਨੂੰ ਹੀ ਦੇਣਗੇ ਲੋਕ ਫਤਵਾ ਉੱਤੇ ਮੈਂ ਅੱਜ ਵੀ ਕਹਿੰਦਾ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹੁੰਦਾ ਪਰ ਕਿਉਂਕਿ ਜਿਹੜਾ ਪਾਰਟੀ ਨੇ ਫੈਸਲਾ ਕੀਤਾ ਪਾਰਟੀ ਦੀਆਂ ਮਜਬੂਰੀਆਂ ਹੁੰਦੀਆਂ ਪਾਰਟੀ ਨੂੰ ਕਈ ਫੈਸਲੇ ਲੈਣੇ ਪੈਂਦੇ ਆ ਕਈ ਵਾਰੀ ਕਾੜੇ ਕੁੱਟ ਵੀ ਭਰਨੇ ਪੈਂਦੇ ਆ ਤੇ ਇਸ ਕਰਕੇ ਜੋ ਪਾਰਟੀ ਦਾ ਫੈਸਲਾ ਉਹ ਠੀਕ ਹੈ ਕੋਈ ਪ੍ਰੋਬਲਮ ਨਹੀਂ ਲੁਕਾ ਸਾਬ ਪਾਰਟੀ ਨੂੰ ਇੱਕ ਵਾਰੀ ਫੇਰ ਤੋਂ ਇਹ ਗੱਲ ਕਹੋਗੇ ਕਿ ਰੀ ਥਿੰਕ ਕਰ ਲਓ ਹਲੇ ਤੱਕ ਇਲੈਕਸ਼ਨ ਦੇ ਵਿੱਚ 5-6 ਮਹੀਨੇ ਪਾਏ ਆ ਇੱਕ ਵਾਰੀ ਫੇਰ ਤੋਂ ਸਰਵੇ ਕਰਾ ਲਓ ਕਿਉਂਕਿ جنگ ਇਸ ਵਾਰੇ ਵੱਡੀ ਹੈ ਤਿਕੋਣੀ ਲੜਾਈ اللي ਅੱਗੇ ਵੱਧ ਰਹੀ ਆ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਇਆ ਤਾਂ ਕਾਂਗਰਸ ਦੇ ਵਿੱਚ ਵੀ ਇੱਕ ਭਚਾਲ ਮੱਚਿਆ ਹੋਇਆ ਤਾਂ ਲੜਾਈ ਇਸ ਵਾਰ ਬਹੁਤ ਦਿਲਚਸਪ ਹੈ ਗਈ ਆ ਜਿਹੜਾ ਕਿਸਾਨੀ ਜਿਹੜੀ ਹੈਗੀ ਆ ਪੰਜਾਬ ਦੇ ਕਿਸਾਨ ਹੈਗੇ ਨੇ ਅਗਰੈਸਿਵ ਨੇ ਕਿਤੇ ਨਾ ਕਿਤੇ ਇੱਕ ਵਾਰੀ ਰੀਥਿੰਕ ਕਰ ਲੈਣਾ ਚਾਹੀਦਾ ਵਿਖੇ ਤਾਂ ਪਾਰਟੀ ਦੀ ਮਰਜ਼ੀ ਆ ਅਸੀਂ ਮੈਂ ਤਾਂ ਨਹੀਂ ਕਹਿਣਾ ਉਹਨਾਂ ਨੂੰ ਵੀ ਦੁਬਾਰਾ ਕਿਉਂਕਿ ਟਿੱਟ ਦੇਤੀ ਪਾਰਟੀ ਨੇ ਮੈਂ ਵਿੱਚ ਕਹਾ ਕਿ ਹੁਣ ਤੁਸੀਂ ਦੁਬਾਰਾ ਕਰੋ ਜੀ ਇਹ ਪਾਰਟੀ ਨੇ ਵੇਖਣਾ ਹੈ ਪਾਰਟੀ ਨੂੰ ਮੇਰੀ ਸਮਝ ਚ ਹਲੇ ਮਹੀਨਾ 20 ਚੱਲਣ ਦੇਣ ਕੰਮ ਹੋ ਉਦੋਂ ਬਾਅਦ ਫਿਰ ਸਟੱਡੀ ਕਰ ਲੈਣੀ ਚਾਹੀਦੀ ਵੀ ਕਿਹੜਾ ਬੰਦਾ ਕੋਈ ਜਿੱਦ ਦਾ ਹੈ ਜਿਹੜੇ ਜਿੱਦੇ ਉਹਨਾਂ ਨੂੰ ਰੱਖ ਲੈਣ ਜਿਹੜੇ ਨਹੀਂ ਜਿੱਦੇ ਉਹਨਾਂ ਨੂੰ ਬਦਲ ਦੇਣ ਭਾਵੇਂ ਕੋਈ ਹੈ ਯਾਨੀ ਜਿੱਤੀਆਂ ਹੋਈਆਂ ਸੀਟਾਂ ਤੇ ਵੀ ਇੱਕ ਵਾਰ ਹੱਜੇ ਨਹੀਂ ਜਿੱਦੇ ਤਾਂ ਫਿਰ ਦੇਖੋ ਜੇ ਤਾਂ ਸਰਕਾਰ ਬਣਾਉਣੀ ਹੈ ਫਿਰ ਤਾਂ ਇਹ ਫੈਸਲੇ ਕਰਨੇ ਪੈਣਗੇ ਜੇ ਅਸੀਂ ਚਾਹੁੰਦੇ ਆ ਕਿ ਕਾਲੀ ਦਲ ਦੀ ਸਰਕਾਰ ਬਣੇ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਫਿਰ ਤਾਂ ਇਹ ਫੈਸਲੇ ਨਾਲ ਉਹਨੂੰ ਇੱਕ ਵਾਰੀ ਰਿਵਿਊ ਹੋਰ ਕਰਨਾ ਪਏਗਾ ਕਿਹੜਾ ਹੁਣ ਮਗ ਜੂਗੀ ਚੱਲਣਗੇ ਵਰਕਰ ਸਾਰੇ ਜਿਹੜਾ ਨੂੰ ਟਿਕਟਾਂ ਮਿਲ ਗਈਆਂ ਰਹਿੰਦੀਆਂ ਖੁੰਦੀਆਂ ਜਿਹੜੀਆਂ ਹੋਰ ਪਾਸਾ ਦਰਾਂ ਚ ਮਿਲ ਜਾਣਗ ਉਹਨਾਂ ਨੂੰ ਫਿਰ ਉਹਨਾਂ ਤੇ ਇੱਕ ਵਾਰੀ ਰਿਵਿਊ ਕਰ ਲੈ 파ਰਟੀ ਨੂੰ ਤਾਂ ਫਾਇਦਾ ਹੋਏਗਾ ਜਿਹੜੇ ਜਿੱਦੇ ਉਹ ਠੀਕ ਹੈ ਕਲੀਅਰ ਕਰ ਲੈਣ ਜਿਹੜੇ ਨਹੀਂ ਜਿੱਦੇ ਉਹਨਾਂ ਤੇ ਵਿਚਾਰ ਕਰ ਲੈਣ ਸੁਖਬੀਰ ਸਿੰਘ ਬਾਦਲਨਾ ਤੁਸੀਂ ਹਮੇਸ਼ਾ ਖੜੇ ਹੋਏ ਦੇਖਦਿਆਂ ਚਾਹੇ ਮੁੱਖ ਮੰਤਰੀ ਦੀ ਗੱਲ ਹੋਵੇ ਅਹੁਦੇ ਦੀ ਗੱਲ ਹੋਵੇ ਤਾਂ ਵੀ ਤੁਸੀਂ ਸਪੋਰਟ ਕੀਤੀ ਕਿ ਸੁਖਬੀਰ ਸਿੰਘ ਬਾਦਲ ਹੈਗੇ ਨੇ ਕੈਪੇਬਲ ਨੇ ਅੱਜ ਵੀ ਤੁਸੀਂ ਮੰਨਦੇ ਹੋ ਕਿ ਉਹ ਕੈਪੇਬਲ ਹੈਗੇ ਨੇ ਜੇ ਕੈਪੇਬਲ ਹੈਗੇ ਨੇ ਤਾਂ ਉਹਨਾਂ ਨੂੰ ਇੱਕ ਵਾਰੀ ਰੀਥਿੰਕ ਕਰ ਲੈਣਾ ਚਾਹੀਦਾ ਨੇ ਵੇਖੋ ਸਾਡੇ ਪਾਰਟੀ ਦੇ ਪ੍ਰਧਾਨ ਹੈ ਕੈਪੇਬਲ ਨੇ ਅਸੀਂ ਚਾਹੁੰਦੇ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਪੰਜਾਬ ਦੇ ਪੰਜਾਬ ਦੀ ਸੇਵਾ ਕਰਨ ਦਾ ਪੰਜਾਬ ਨੂੰ ਤਰੱਕੀ ਤੇ ਲੈ ਜਾਣ ਦਾ ਉਹਨਾਂ ਦੇ ਮਨ ਦੇ ਵਿੱਚ ਬੜਾ ਹੈ ਪਿਛਲੇ ਸਮੇਂ 'ਚ ਉਹਨਾਂ ਨੇ ਬੜੇ ਕੰਮ ਕੀਤੇ ਵੇਖੋ ਬਿਜਲੀ ਪੂਰੀ ਕੀਤੀ 24 ਘੰਟੇ ਜਿਹੜੀ ਕੋਈ ਮੰਨਦਾ ਨਹੀਂ ਸੀ ਪੂਰੀ ਹੋ ਜੂ ਸੜਕਾਂ ਫੋਰ ਲੈਂਡ ਏਡੀਆਂ ਵੱਡੀਆਂ ਵੱਡੀਆਂ ਲੈਂਦੀਆਂ ਸੈਂਟਰ ਦੇ ਵਿੱਚੋਂ ਉਹਦੇ ਲੋਕਾਂ ਨੂੰ ਬੜੇ ਫਾਇਦੇ ਆ ਕਿੰਨੇ ਪਿੰਡਾਂ ਦੇ ਵਿੱਚ ਸੇਵਾ ਕੇਂਦਰ ਖੋਲੇ ਹੋਰ ਬੜੀਆਂ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਕੰਮ ਕਰਨ ਦੀ ਸ਼ਕਤੀ ਹੈ ਅਸੀਂ ਅੱਜ ਵੀ ਉਹ ਸਾਡੇ ਪ੍ਰਧਾਨ ਨੇ ਅਸੀਂ ਚਾਹੁੰਦੇ ਗੁਰਪ੍ਰੀਤ ਦੀ ਗੱਲ ਕਰ ਲੈਨੇ ਰਾਮਪੁਰਾ ਫੂਲ ਤੋਂ ਤੁਸੀਂ ਕਹਿੰਨੇ ਕਿ ਉਹ ਲੜਨਗੇ ਲੇਕਿਨ ਅਨਾਉਂਸਮੈਂਟ ਤੁਹਾਡੇ ਨਾਮ ਦੀ ਹੋਈ ਹੈ ਇਸ ਦੇ ਵਿੱਚ ਕੀ ਸਿਆਸੀ ਦਾਪਚ ਹੋ ਸਕਦਾ ਕਿ ਤੁਸੀਂ ਜਾ ਕੇ ਕਹੋਗੇ ਕਿ ਗੁਰਪ੍ਰੀਤ ਦਾ ਨਾਮ ਅਨਾਉਂਸ ਕਰਨ ਜਾਂ ਫਿਰ ਤੁਸੀਂ ਲੜਨ ਨੂੰ ਤਿਆਰ ਇਹ ਕੋਈ ਏਡੀ ਸਮੱਸਿਆ ਨਹੀਂ ਹੈਗੀ ਵੇਖੋ ਇਸ ਗੱਲ ਤੇ ਕੋਈ ਪਾਰਟੀ ਨਹੀਂ ਸਾਡੇ ਨਾਲ ਜिद ਕਰਦੀ ਜਾਂ ਜਿਰਿਆ ਕਰਦੀ ਜਿਹੜੀ ਟਿਕਟ ਸਾਡੇ ਪਰਿਵਾਰ ਨੂੰ ਦੇਤੀ ਉਹਨਾਂ ਨੇ ਕਿਹਨੇ ਲੜਨਾ ਉਹ ਸੀ ਫੈਸਲਾ ਕਰ ਲਾਂਗੇ ਕੋਈ ਇਹੋ ਜੀ ਗੱਲ ਨਹੀਂ ਗੁਰਪ੍ਰੀਤ ਹੁਣ ਉੱਥੇ ਕੰਮ ਕਰਦਾ ਸਾਲ ਦਾ ਇਹ ਕਰ ਰਿਹਾ ਵਧੀਆ ਕਰ ਰਿਹਾ ਕੰਮ ਤਾਂ ਇਹਦੇ ਤੇ ਨਹੀਂ ਪਾਰਟੀ ਕੋਈ ਤਰਾਜ਼ ਕਰੇਗੀ ਵੀ ਕਿ ਇਹ ਨੂੰ ਇਹ ਕਿਉਂ ਕਰਦਾ ਜਾਂ ਨਾ ਲੜ ਇਹੋ ਜੀ ਗੱਲ ਨਹੀਂ ਹੈਗੀ ਤਾਨੂੰ ਹਮੇਸ਼ਾ ਤੋਂ ਸਾਡੇ ਉੱਤੇ ਕੋਈ ਪਾਰਟੀ ਚ ਕਾਲੀ ਅਦਾਲਤ ਦੇ ਵਿੱਚ ਕੋਈ ਬਗਾਵਤ ਹੈ ਜਾਂ ਕੋਈ ਹੋਰ ਬਰਾਬਰ ਦਾ ਕੈਂਡੀਡੇਟ ਹੈ ਇਹ ਜੇ ਰਾਮਪੁਰਾ ਫੂਲ ਚ ਬਿਲਕੁਲ ਨਹੀਂ ਹੈਗਾ ਕੋਈ ਤੁਹਾਨੂੰ ਸਟਰੋਂਗ ਕੈਂਡੀਡੇਟ ਮੰਨਿਆ ਜਾਂਦਾ ਰਾਮਪੁਰਾ ਫੂਲ ਦਾ ਤੁਸੀਂ ਜੇ ਪਾਰਟੀ ਕਵੇ ਕਿ ਤੁਸੀਂ ਹੀ ਲੜਨਾ ਤਾਂ ਫਿਰ ਉਸ ਕੰਡੀਸ਼ਨ ਦੇ ਵੇਖੋ ਮੈਂ ਹੁਣ ਮੈਂ ਤਾਂ ਬੁਢਾ ਹੋ ਚੱਲਿਆ ਹੁਣ ਸਟਰੋਂਗ ਤਾਂ ਉਹ ਆ ਨੌਜਵਾਨ ਹੈ ਉਹਦੇ ਨਾਲ ਨੌਜਵਾਨ ਬੱਚੇ ਨੌਜਵਾਨਾਂ ਨਾਲ ਜਿਆਦੇ ਤੁਰਦੇ ਨੇ ਸਾਥੋ ਸੰਗ ਮੰਦੇ ਰਹਿੰਦੇ ਨੇ ਸੋ ਇਸ ਕਰਕੇ ਮੈਨੂੰ ਤਾਂ ਲੱਗਦਾ ਵੀ ਉਹ ਜਿਆਦੇ ਸਟਰੋਂਗ ਹੈ ਮੇਰੇ ਨਾਲੋਂ ਕਿਉਂਕਿ ਉਹਦੇ ਨਾਲ ਨੌਜਵਾਨ ਪੀੜੀ ਬਹੁਤ ਜੁੜੀ ਹੈ ਬਹੁਤ ਵੱਡੇ ਪਵਾਨ ਮੈਂ ਨਾ ਵੀ ਸਾਰੇ ਪਿੰਡਾਂ ਦੇ ਵਿੱਚ 50 70 60 ਕਰਕੇ ਇੰਨੇ ਕਾਂਗਰਸ ਪਾਰਟੀ ਚੋਂ ਬੰਦੇ ਲਿਆ ਲਿਆ ਅਕਾਲੀ ਦਲ ਦੇ ਵਿੱਚ ਰਲائے ਆ ਪਿਛਲੇ ਮਹੀਨੇ ਦੇ ਵਿੱਚ ਕਿਸੇ ਹੋਰ ਹਲਕੇ ਚ ਵੀ ਨਹੀਂ ਇੰਨੇ ਰਲਏ ਜਿੰਨੇ ਰਲائے ਆ ਤੇ ਜੇ ਉਹਨੂੰ ਲੋਕੀ ਚਾਹੁੰਦੇ ਆ ਤਾਂ ਤਾਂ ਹੀ ਉਹ ਰਲਾ ਰਿਆ ਨਹੀਂ ਤਾਂ ਉਹਦੇ ਆਖੇ ਰਲ ਨਹੀਂ ਨਾ ਫਿਰ ਮੇਰੇ ਆਖੇ ਰਲ ਨਾ ਮੈਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਰਲ ਨੂੰ ਲੁਕਾ ਸਾਹਿਬ ਤੁਸੀਂ ਕਈ ਦਹਾਕਿਆਂ ਦਾ ਐਕਸਪੀਰੀਅੰਸ ਰੱਖਦੇ ਹੋ ਅਕਾਲੀ ਦਲ ਦਾ ਤੁਰਤ ਕਾਲੀਦਲ ਦਾ ਸੰਵਿਧਾਨ ਕੀ ਕਹਿੰਦਾ ਕਿਉਂਕਿ ਤੁਸੀਂ ਕੋਰ ਕਮੇਟੀ ਦੇ ਮੈਂਬਰ ਹੈਗੇ ਹੋ ਸੰਵਿਧਾਨ ਪਾਰਟੀ ਦਾ ਕੀ ਕਹਿੰਦਾ ਕਿ ਪਾਰਟੀ ਦੇ ਵਿੱਚ ਇੱਕ ਪਰਿਵਾਰ ਨੂੰ ਦੋ ਟਿਕਟਾਂ ਦਿੱਤੀਆਂ ਜਾ ਸਕਦੀਆਂ ਜਾਂ ਨਹੀਂ ਦਿੱਤੀਆਂ ਜਾ ਸਕਦੀਆਂ ਕ੍ਰਾਈਟੇਰੀਆ ਕੀ ਹੈ ਬੀਖੋ ਜਿਹੜਾ ਪਿੱਛੇ ਪਾਰਟੀ ਨੇ ਸੰਵਿਧਾਨ ਬਣਾਇਆ ਪਿੱਛੇ ਪਾਰਟੀ ਨੇ ਜਿਹੜਾ ਸੰਵਿਧਾਨ ਬਣਾਇਆ ਸੀ ਪਾਸ ਕੀਤਾ ਜੀ ਤੇ ਹੁਣ ਸਾਡੀ ਜਿੱਥੇ ਬੰਦੀ ਚੱਲ ਰਹੀ ਹੈ ਉਹਦੇ ਚ ਲਿਖਿਆ ਇੱਕ ਪਰਿਵਾਰ ਨੂੰ ਇੱਕ ਟਿਕਟ ਕੱਲਾ ਬਾਦਲ ਫੈਮਿਲੀ ਨੂੰ ਛੋੜ ਦਿੱਤੀ ਸੀਗੀ ਕਿਉਂਕਿ ਸੁਖਵੀਰ ਤੇ ਬਾਦ ਸਾਹਿਬ ਦੋ ਲੜਦੇ ਸੀਗੇ ਤੇ ਬਾਕੀ ਸਾਰਿਆਂ ਨੂੰ ਇੱਕ ਫੈਮਿਲੀ ਇੱਕ ਟਿਕਟ ਦੀ ਸਵਿਧਾਨ ਦੇ ਵਿੱਚ ਤਾਂ ਪਰ ਫਿਰ ਵੀ ਜੇ ਕਿਤੇ ਕੋਰ ਕਮੇਟੀ ਜਾਂ ਕੋਈ ਫਟ ਕੇ ਬੈਠ ਕੇ ਫੈਸਲਾ ਕਰਦੀ ਹੈ ਜਿੱਥੇ ਕੋਈ ਇਹੋ ਜਿਹਾ ਮਸਲਾ ਹੋ ਜਾਂਦਾ ਵੀ ਹੋਰ ਕੋਈ ਬੰਦਾ ਜਿੱਤ ਨਹੀਂ ਸਕਦਾ ਉੱਥੇ ਸ਼ਾਇਦ ਵਿਚਾਰ ਕਰ ਲਿਆ ਜਾਵੇ ਨਹੀਂ ਫੈਸਲਾ ਤਾਂ ਇੱਕ ਟਿਕਟ ਦਾ ਹੀ ਹੈ ਕਿ ਤੁਸੀਂ ਅਗਰ ਇਹ ਗੱਲ ਹੋਏ ਕਿਉਂਕਿ ਅਗਰ ਤੁਸੀਂ ਇਸ ਚੀਜ਼ ਦਾ ਕਲੇਮ ਕਰਦੇ ਤਾਂ ਤੁਹਾਡੇ ਪਿੱਛੇ ਬਹੁਤ ਸਾਰੇ ਹੋਰ ਐਸੇ ਲੀਡਰ ਹੈਗੇ ਨੇ ਸੀਨੀਅਰ ਤਖਸਾਲੀ ਲੀਡਰ ਹੈਗੇ ਨੇ ਜਿਹੜੇ ਆਪਣੇ ਬੇਟੇ ਲਈ ਟਿਕਟ ਮੰਗਦੇ ਜਾਂ ਹੋਰ ਬਹੁਤ ਸਾਰੇ ਲੀਡਰ ਹੈਗੇ ਨੇ ਜਿਹੜੇ ਮੈਂ ਇਹ ਚੰਦੂ ਮਾਜਰਾ ਸਾਹਿਬ ਦੀ ਗੱਲ ਕਰ ਲਈ ਜਾਉਂਦਾ ਮੈਂ ਇਹ ਨਹੀਂ ਕਹਿੰਦਾ ਬੇਟਿਆਂ ਨੂੰ ਟਿਕਟ ਦਿਓ ਜਾਂ ਕੁਝ ਹੋਰ ਕਰੋ ਜਾਂ ਕਿਸੇ ਦੇ ਭਰਾ ਨੂੰ ਦਿਓ ਜਾਂ ਕਿਸੇ ਦੇ ਰਿਸ਼ਤੇਦਾਰ ਨੂੰ ਦਿਓ ਇਹ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਕਿ ਐਰ ਕੀ ਸਾਡੇ ਵਾਸਤੇ ਜ਼ਿੰਦਗੀ ਮੌਤ ਦੀ ਲੜਾਈ ਹੈ ਐਰ ਕੀ ਸਰਕਾਰ ਬਣਾਉਣੀ ਜ਼ਰੂਰੀ ਹੈ ਸਾਡੇ ਵਾਸਤੇ ਕਿਉਂਕਿ ਪਿੱਛੇ ਬੜੀ ਸਾਡੀ ਪੋਜੀਸ਼ਨ ਮਾਰੀ ਹੋ ਗਈ ਸੀ ਕਾਲੀ ਦਲ ਦੀ ਇਸ ਕਰਕੇ ਮੈਂ ਕਹਿੰਦਾ ਵੀ ਜੇ ਕੋਈ ਜਿੱਤ ਸਕਦੇ ਆ ਜੀ ਪਿਓ ਪੁੱਤ ਵੀ ਜਿੱਤ ਸਕਦੇ ਆ ਦੋ ਭਰਾ ਵੀ ਜਿੱਤ ਸਕਦੇ ਆ ਜੇ ਜਿੱਤ ਸਕਦੇ ਆ ਤਾਂ ਦੇ ਦੇ ਜੇ ਨਹੀਂ ਜਿੱਤ ਸਕਦੇ ਬਿਲਕੁਲ ਨਾ ਦੇਣਾ ਫਿਰ ਨਹੀਂ ਦੇਣੀ ਚਾਹੀਦੀ ਐਵੇਂ ਨਹੀਂ ਕਿ ਪਿਓ ਪੁੱਤ ਦਾ ਕਲੇਮ ਆ ਉਹ ਦੋ ਦੇ ਦਿਓ ਇਹ ਨਹੀਂ ਕਰਨੀ ਚਾਹੀਦੀ ਗੱਲ ਪਾਰਟੀ ਨੂੰ ਹਾਂ ਪਾਰਟੀ ਨੂੰ ਸਟੱਡੀ ਕਰਾ ਕੇ ਜੇ ਦੋ ਬੰਦੇ ਉਹ ਸੀਟ ਕੱਢ ਸਕਦੇ ਆ ਪਾਰਟੀ ਸਮਝਦੀ ਆ ਸਰਵੇ ਸਾਰੇ ਉਹਨਾਂ ਦੇ ਹੱਕ ਚ ਆਉਂਦੇ ਆ ਫਿਰ ਦੇਣ ਦੇ ਵਿੱਚ ਕੋਈ ਹਰਜ ਨਹੀਂ ਸਾਡੇ ਵਾਸਤੇ ਸਰਕਾਰ ਬਣਾਉਣੀ ਜ਼ਰੂਰੀ ਆ ਅਗਰ ਪਾਰਟੀ ਸਰਵੇ ਕਰਾਉਂਦੀ ਆ ਸਰਵੇ ਦੇ ਵਿੱਚ ਇਹ ਆ ਜਾਂਦਾ ਕਿ ਜਗਮੀਤ ਬਰਾੜ ਜਿੱਤ ਰਹਿੰਦੇ ਮੰਨ ਲਓ ਕਿ ਇੱਕ ਲੈਵਲ ਦੇ ਇਹ ਸਰਵੇ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਜਗਮੀਤ ਬਰਾੜ ਦੀ ਮਦਦ ਜਾ ਕੇ ਕਰੋਗੇ ਮੌੜ ਮੈਂ ਤਾਂ ਮਦਦ ਹੁਣ ਵੀ ਸਾਰਿਆਂ ਦੀ ਕਰੂੰਗਾ ਮੈਂ ਤਾਂ ਕਿਹਾ ਹੀ ਨਹੀਂ ਵੀ ਨਹੀਂ ਕਰਦਾ ਮੈਂ ਤਾਂ ਉਹਦੇ ਸਰਵੇ 'ਚ ਆਉਂਦਾ ਨਹੀਂ ਆਉਂਦਾ ਉਹ ਤਾਂ ਵੱਖਰਾ ਪੁਆਇੰਟ ਆ ਵੀ ਸਰਵੇ 'ਚ ਆਉਂਦਾ ਕਿ ਨਹੀਂ ਆਉਂਦਾ ਉਹ ਤਾਂ ਚਲੋ ਹੁਣ ਮੁੱਕ ਗਿਆ ਕੰਮ ਜਦੋਂ ਟਿਕਟ ਦਿੱਤੀ ਉੱਥੇ ਅਸੀਂ ਤਾਂ ਸਾਰਿਆਂ ਦੀ ਸਰਵੇ ਮਦਦ ਕਰਨੀ ਆ ਪਾਰਟੀ ਕਿ ਇੱਕ ਵਾਰ ਫਿਰ ਤੋਂ ਸੋਚੇ ਕਿ ਸੋਚਣਾ ਚਾਹੀਦਾ ਪਾਰਟੀਆਂ ਨੂੰ ਮੈਂ ਤਾਂ ਸਾਰੀਆਂ ਸੀਟਾਂ ਵਾਸਤੇ ਕਿਹਾ ਮੈਂ ਕੱਲੇ ਮੌੜ ਵਾਸਤੇ ਨਹੀਂ ਕਿਹਾ ਮੈਂ ਤਾਂ ਟੋਟਲ ਪੰਜਾਬ ਵਾਸਤੇ ਕਿਹਾ ਕਿ ਮਹੀਨੇ ਬਾਅਦ ਫਿਰ ਸਟੱਡੀ ਕਰ ਲੈਣਾ ਕਿ ਜਿੱਥੇ ਕੋਈ ਲੱਗੂਗਾ ਇਹਨਾਂ ਨੂੰ ਕਿ ਅੱਗਾ ਪਿੱਛਾ ਕੋਈ ਲੋਕੀ ਨਹੀਂ ਚੱਲਦੇ ਜਿਹੜੇ ਬੰਦੇ ਨੂੰ ਉਹਨਾਂ ਨੂੰ ਚੇਂਜ ਕਰ ਦੇਣ ਫਾਇਦਾ ਹੋ ਜਾ ਪਾਰਟੀ ਨੂੰ ਨਹੀਂ ਤਾਂ ਪਾਰਟੀ ਦੀ ਮਰਜ਼ੀ ਹੈ ਜੋ ਫੈਸਲਾ ਤਾਂ ਪਾਰਟੀ ਪ੍ਰਧਾਨ ਨੇ ਕਰਨਾ ਜੋ ਕਰੂਗਾ ਠੀਕ ਹੈ ਇੱਕ ਚਰਚਾ ਚੱਲਦੀ ਹੈ ਕਿ ਤੁਸੀਂ ਨਾਰਾਜ਼ ਚੱਲ ਰਹੇ ਹੋ ਪਾਰਟੀ ਤੋਂ ਪ੍ਰਧਾਨ ਸਾਹਿਬ ਤੋਂ ਥੋੜੀ ਨਾਰਾਜ਼ਗੀ ਹੈਗੀ ਕਿਉਂਕਿ ਕੱਲ ਕੋਰ ਕਮੇਟੀ ਦੀ ਬੈਠਕ ਹੋਈ ਉਸ ਬੈਠਕ ਦੇ ਵਿੱਚ ਤੁਸੀਂ ਹਿੱਸਾ ਨਹੀਂ ਲਿਆ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇ ਕਿ ਤੁਸੀਂ ਇਸ ਤਰੀਕੇ ਦੀ ਵੱਡੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਆ ਉਹਦੇ 'ਚ ਹਿੱਸਾ ਬਿਕਰਮਜੀਤ ਬਿਜ਼ੀ ਠੇ ਸਾਹਿਬ ਦੋ ਤਿੰਨ ਮਿੰਟਾਂ ਕਾ ਚ ਨਹੀਂ ਆਏ ਐ ਨਹੀਂ ਹੁੰਦਾ ਕੋਰਟ 'ਚ ਕੱਲ ਮੈਂ ਨਾ ਚਿਤਵियत ਨਹੀਂ ਸੀ ਠੀਕ ਬੁਖਾਰ ਸੀਗਾ ਮੈਂ ਕਹਿਤਾ ਸੀ ਪਹਿਲਾਂ ਹੀ ਸਾਢੇ 12:00 ਵਜੇ ਕਿ ਮੈਥੋਂ ਅੱਜ ਆਇਆ ਨਹੀਂ ਜਾਣਾ ਮੀਟਿੰਗ ਦੇ ਵਿੱਚ ਹਾਂ ਇਹ ਜ ਨਹੀਂ ਕੋਈ ਗੱਲ ਹੈ ਤਾਂਜੀ ਥੈਂਕ ਯੂ ਜੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਸਿਕੰਦਰ ਸਿੰਘ ਮਲੂਕਾ ਜੋ ਕਿ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਇੱਕ ਵਾਰ ਸਰਵੇ ਕਰਾ ਲੈਣਾ ਚਾਹੀਦਾ ਸਾਰੀਆਂ ਸੀਟਾਂ ਦਾ ਸਰਵੇ ਕਰਾ ਲੈਣਾ ਚਾਹੀਦਾ ਤਾਂ ਕਿ ਅਕਾਲੀ ਦਲ ਸਰਕਾਰ ਬਣਾਉਣ ਦੇ ਨੇੜੇ ਲੱਗ ਜੇ ਪਤਾ ਲੱਗ ਜੇ ਕਿ ਕਿਹੜਾ ਕੈਂਡੀਡੇਟ ਸਟਰੋਂਗ ਹੈਗਾ ਕਿਹੜਾ ਕੈਂਡੀਡੇਟ ਜਿੱਤ ਸਕਦਾ ਲੇਕਿਨ ਹਾਲ ਫਿਲਹਾਲ ਲਗਾਤਾਰ ਤਾਬੜ ਤੋੜ ਜਿਹੜੇ ਜਿਹੜੇ ਕੈਂਡੀਡੇਟਾਂ ਦੀ ਲਿਸਟ ਹੈ ਉਹ ਜਾਰੀ ਕੀਤੀ ਜਾ ਰਹੀ ਹੈ ਅਕਾਲੀ ਦਲ ਵੱਲੋਂ ਤੇ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੂਰਾ ਪ੍ਰੋਸੈਸ ਕਿਸ ਤਰੀਕੇ ਨਾਲ ਚੱਲਦਾ ਹੈ ਕੈਮਰਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ ਤਾਨਿਕ ਸੋਰਾ ਟੀਵੀ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਹੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਓ ਹੁਣੇ ਕਾਲ ਕਰੋ ਬਾਬਾ सलीम ਖਾਨ 9819937460